ਕੁਝ ਦਿਨ ਪਹਿਲਾਂ ਨਜਾਇਜ਼ ਨਿਰਮਾਣ ਦੱਸਦੇ ਹੋਏ ਗੁਰਦੀਪ ਸਿੰਘ ਗੋਸ਼ਾ ਦੇ ਕਰੀਬੀ ਦੀ ਤੋੜੀ ਗਈ ਬਿਲਡਿੰਗ ਦਾ ਖੁਦ ਨਿਰੀਖਣ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਨੇ ਕਿਹਾ ਕਿ ਇਹ ਬਿਲਡਿੰਗ ਬਦਲੇ ਦੀ ਭਾਵਨਾ ਨਾਲ ਨਗਰ ਨਿਗਮ ਅਧਿਕਾਰੀਆਂ ਵੱਲੋਂ ਤੋੜੀ ਗਈ ਹੈ। ਗੋਸ਼ਾ ਨੇ ਤੋੜੀ ਗਈ ਬਿਲਡਿੰਗ ਦੇ ਪਾਸ ਹੋਏ ਨਕਸ਼ੇ ਬਾਰੇ ਦੱਸਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਬਹੁ ਗਿਣਤੀ ਤਾਦਾਦ ਇਮਾਰਤਾਂ ਕਾਂਗਰਸੀਆਂ ਦੀ ਛਹਿ 'ਤੇ ਬਣ ਰਹੀਆਂ ਹਨ, ਜਿਨ੍ਹਾਂ ਵੱਲ ਨਗਰ ਨਿਗਮ ਅਧਿਕਾਰੀ ਅੱਖਾਂ ਮੀਚੀ ਬੈਠੇ ਹਨ। ਪਰ ਨਕਸ਼ਾ ਪਾਸ ਬਣੀ ਬਿਲਡਿੰਗ ਨੂੰ ਤੋੜ ਇਹ ਲੋਕ ਰਾਜਨੀਤਿਕ ਰੰਜਿਸ਼ ਕੱਢ ਰਹੇ ਹਨ। ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਨੇ ਕਾਂਗਰਸ ਦੇ ਇਸ਼ਾਰੇ 'ਤੇ ਕਾਰਵਾਈ ਕਰਨ ਵਾਲੇ ਸੰਬੰਧਿਤ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਲਦ ਹੀ ਉਹਨਾਂ ਅਧਿਕਾਰੀਆਂ ਦੇ ਕਾਲੇ ਚਿੱਠੇ ਜਨਤਕ ਕਰਕੇ ਹਿਸਾਬ ਬਰਾਬਰ ਕੀਤਾ ਜਾਵੇਗਾ। ਦੇਖੋ, ਅੱਜ ਦਾ ਜਿਹੜਾ ਗੱਲ ਹੈ ਵੀ ਜਿਹੜੀ ਅਸੀਂ ਕਾਲਕ ਰਾਜੀਵ ਗਾਂਧੀ ਦੇ ਬੁੱਤ ਲਾਈ ਸੀਗੀ, ਉਹਦਾ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਲੀਡਰਾਂ ਨੇ ਅਤੇ ਅਫਸਰ ਸਾਹਿਬਾਨਾਂ ਨੇ ਸਿੱਖਣਾ ਕੀ ਸੀਗਾ? ਉਹਦੇ ਇਹ ਵਿੱਚ ਇੱਕ ਨਾਮ ਦਿੱਤਾ ਵੀ ਬਿਲਡਿੰਗ ਢਾ ਦਿੱਤੀ ਗਈ ਬ੍ਰਦਰ ਦੀ ਅਤੇ ਨਾਲ ਇੱਕ ਭੋਲੇ ਭਾਲੇ ਦੁਕਾਨਦਾਰ ਜਿਨ੍ਹਾਂ ਨੂੰ ਕੋਈ ਲੀਡਰੀ ਦਾ ਲੈਣਾ ਦੇਣਾ ਨਹੀਂ, ਉਹਨਾਂ ਦੀ ਬਿਲਡਿੰਗ ਢਾ ਦਿੱਤੀ ਗਈ। ਉਹ ਜਿਹੜੇ ਅਫਸਰ ਸਾਹਿਬਾਨ ਆ ਜਾਂ ਇਹਨਾਂ ਦੇ ਪਿੱਛੇ ਜਿਹੜੇ ਵੀ ਕਾਰਨ ਹੈ, ਜਿਹੜੇ ਵੀ ਲੀਡਰ ਸਾਹਿਬਾਨ ਜਿਹੜੇ ਆਪਣੇ ਆਪ ਨੂੰ ਲੀਡਰੀ ਕਰਦੇ, ਜਿਹੜੇ ਲੋਕਾਂ ਦੀ ਵੋਟਾਂ 'ਤੇ ਰਾਜਨੀਤੀ ਕਰਦੇ ਆ, ਜਿਹੜੇ ਸਮੇਂ ਦੇ ਵਪਾਰੀਆਂ ਨੂੰ ਟੁੱਚ ਸਮੇਂ ਦੇ ਇੱਕ ਵਪਾਰ ਵਰਗ 'ਤੇ ਜਿਨ੍ਹਾਂ ਨੇ ਹਮਲਾ ਕੀਤਾ, ਉਹਨਾਂ ਨੂੰ ਸਮੇਂ ਆਉਣ 'ਤੇ ਢੁੱਕਵਾਂ ਜਵਾਬ ਦਿੱਤਾ ਜਾਏਗਾ। ਵਿਦ ਏ ਫਿਊ ਡੇਜ਼, ਥੋੜ੍ਹੇ ਦਿਨਾਂ ਦੇ ਵਿੱਚ ਵਿੱਚ ਇਹੋ ਜਿਹਾ ਢੁੱਕਵਾਂ ਜਵਾਬ ਦਿੱਤਾ ਜਾਏਗਾ ਜਿਹੜਾ ਦੀ ਉਹਨਾਂ ਦੀ ਹਿੰਮਤ ਨਹੀਂ ਪਊਗੀ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਕਿਸੇ ਵਪਾਰੀ ਵਰਗ 'ਤੇ ਹਮਲਾ ਕਰਨ ਦੀ। ਜਿਹੜੇ ਲੋਕ ਸੋਚਦੇ ਆ ਕਿ ਸਾਡੇ ਹੱਥ ਤਾਕਤ ਆ ਗਈ ਹੈ, ਸਤਾ ਆ ਗਈ, ਅਸੀਂ ਕੁਛ ਵੀ ਕਰ ਸਕਦੇ ਹਾਂ, ਉਹਨਾਂ ਦੇ ਭੁਲੇਖੇ ਦੂਰ ਕਰ ਦਿੱਤੇ ਜਾਊਗੇ। ਬਾਕੀ ਵਪਾਰ ਵਰਗ 'ਤੇ ਜਿਹੜਾ ਹਮਲਾ ਆ, ਅਸੀਂ ਵਪਾਰੀਆਂ ਦੇ ਨਾਲ ਪੂਰੇ ਪੂਰਨ ਤੌਰ 'ਤੇ ਖੜ੍ਹੇ ਹਾਂ। ਜੇ ਉਹ ਲੋਕ ਸੋਚਦੇ ਆ ਕਿ ਸਾਨੂੰ ਅੰਦਰ ਡੱਕ ਕੇ ਸਾਡੇ 'ਤੇ ਤਸ਼ੱਦਦ ਕਰਕੇ ਕਿ ਉਹ ਘਰ ਦੇ ਵਿੱਚ ਸੁੱਖ ਮਾਣ ਲੈਣਗੇ, ਇਹ ਕਦੀ ਨਹੀਂ ਹੋ ਸਕਦਾ। ਜਿਨ੍ਹਾਂ ਦੇ ਘਰ, ਮੈਂ ਉਹਨਾਂ ਨੂੰ ਕਹਿ ਰਿਹਾ, ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਆ, ਉਹ ਕਿਸੇ ਦੇ ਪੱਥਰ ਨਹੀਂ ਮਾਰਦੇ। ਅਸੀਂ ਜਿਹੜੇ ਵੱਡੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹੈ, ਉਹਨਾਂ ਦੀ ਪੂਰਾ ਚਿੱਠਾ ਆਉਣ ਵਾਲੇ ਦਿਨਾਂ 'ਚ ਨੰਗਾ ਕਰਾਂ। ਕਿਸ ਤਰ੍ਹਾਂ ਦੀ ਤੁਸੀਂ ਕਾਰਵਾਈ ਜਿਹੜੀ ਹੈ? ਜੋ ਢੁੱਕਵੀਂ ਕਾਰਵਾਈ ਹੋਊਗੀ ਢੁੱਕਵਾਂ ਜਵਾਬ ਦੇਵਾਂਗੇ, ਕਿਉਂਕਿ ਅਸੀਂ ਉਹ ਵਪਾਰੀ ਹਾਂ। ਜੇ ਕੋਈ ਸਾਨੂੰ 100 ਰੁਪਏ ਸੰਗਣ ਪਾਉਂਦਾ, ਅਸੀਂ 200 ਰੁਪਏ ਪਾਉਂਦੇ ਹਾਂ, ਅਸੀਂ ਪਾਵਾਂਗੇ। ਕਾਰਪੋਰੇਸ਼ਨ ਦਾ ਰੋਲ ਸੀਗਾ ਜਦੋਂ ਲੋੜ ਬਣਾਈ ਸੀ ਬਿਲਡਿੰਗ ਦਾ? ਦੇਖੋ, ਬਿਲਡਿੰਗ ਦਾ ਨਕਸ਼ਾ ਬਣਿਆ ਹੋਇਆ, ਇਹ ਪੂਰੀ ਕਾਰਵਾਈ ਚੱਲ ਰਹੀ ਹੈ, ਇਹਦਾ ਜਵਾਬ ਉਹਨਾਂ ਨੂੰ ਮਿਲ ਜੂਗਾ। ਆਉਣ ਵਾਲੇ ਟਾਈਮ 'ਚ ਦੱਸਣ ਦੀ ਜ਼ਰੂਰਤ ਪਊਗੀ, ਸਾਰੀ ਦੁਨੀਆ ਦੇਖੂਗੀ ਉਹਨਾਂ ਦਾ ਜਵਾਬ ਕੀ ਹੋਇਆ। ਦੇਖੋ, ਜਿਹੜਾ ਵੈਸੇ ਤਾਂ ਇਹ ਜਿਹੜੀ ਹਰਕਤ ਕੀਤੀ ਆ, ਬੜੀ ਬੁੱਝਦਿਲਾਂ ਵਾਲੀ ਹਰਕਤ ਹੈ। ਜਦੋਂ ਬਖਲਾਹਟ 'ਚ ਕੋਈ ਹੁੰਦਾ ਤਾਂ ਉਹ ਤਾਂ ਇਹੋ ਜਿਹੀ ਹਰਕਤਾਂ ਕਰਦਾ। ਇੱਕ ਤਾਂ ਇਹਦੇ ਨਾਲ ਕੋਈ ਗੋਸ਼ਾ ਜੀ ਦਾ ਜਾਂ ਮੇਰਾ ਕੋਈ ਲੈਣ ਦੇਣ ਨਹੀਂ ਸੀ, ਉਹਨਾਂ ਬ੍ਰਦਰ ਆਪਣਾ ਬਿਜ਼ਨਸ ਆ, ਆਪਣਾ ਵਪਾਰ ਆ, ਉਹਨਾਂ ਕੋਈ ਲੈਣ ਦੇਣ ਹੀ ਨਹੀਂ ਸੀ। ਇਹ ਸਿਰਫ ਅਤੇ ਸਿਰਫ ਰੰਜਿਸ਼ ਇਹ ਕੰਮ ਕੀਤਾ। ਆ ਜਿੰਨੀਆਂ ਬਿਲਡਿੰਗਾਂ ਬਣੀਆਂ, ਸਭ ਦਾ ਸੇਮ ਸਟੇਟਸ ਆ। ਇਹ ਕੋਈ ਇਹ ਨਹੀਂ ਹੈ ਕਿ ਇਹਨਾਂ ਦਾ ਸਟੇਟਸ ਆਡਾ ਅਤੇ ਬਾਕੀਆਂ ਦਾ ਸਟੇਟਸ ਆਡਾ, ਸੇਮ ਸਟੇਟਸ ਆ। ਨਾਲੇ ਅੱਜ ਹੀ ਕੋਈ ਪੋਲਸੀ ਇਹਨਾਂ ਦੀ ਆਈ ਹੈਗੀ ਆ ਕਿ ਜਿਹੜੀ ਆਪਣਾ ਪੋਲਸੀ ਦੇ ਵਿੱਚ ਕੋਈ ਵੀ ਪਾਸ ਕਰਾ ਸਕਦਾ, ਰੈਗੂਲਰ ਕਰਨ ਦੀ ਪੋਲਸੀ ਆਈ ਆ। ਬਿਲਡਿੰਗ ਕੋਈ ਵੀ ਲੁਧਿਆਣੇ ਸ਼ਹਿਰ 'ਚ ਕੋਈ ਨਹੀਂ ਇਹਨਾਂ ਨੇ ਛੇੜਨੀ, ਨਾ ਹੀ ਇਹਨਾਂ ਨੇ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਸੀ। ਇਹ ਜਿਹੜਾ ਵੀ ਕੰਮ ਕੀਤਾ, ਸਰਾਸਰ ਰੰਜਿਸ਼ ਦੇ ਵਿੱਚ ਇਹ ਕੰਮ ਕੀਤਾ ਗਿਆ। ਬਾਕੀ RTI ਤਾਂ ਇੱਕ ਬਹੁਤ ਛੋਟੀ ਜਿਹੀ ਗੱਲ ਆ, RTI ਰਾਹੀਂ ਤਾਂ ਸਿਰਫ ਅਸੀਂ ਇਨਫੋਰਮੇਸ਼ਨ ਲਈ ਹੈਗੀ ਆ। ਇਸ ਤੋਂ ਬਾਅਦ ਇੱਕ ਬੜਾ ਵੱਡਾ ਅਸੀਂ ਸਟੈਪ ਚੱਕਿਆ, ਉਹ ਅਸੀਂ ਆਉਣ ਵਾਲੇ ਦਿਨਾਂ 'ਚ ਮੀਡੀਆ ਦੇ ਅੱਗੇ ਲੈ ਕੇ ਆਵਾਂਗੇ। ਇਹਦੇ ਵਿੱਚ ਜਿਹੜੇ ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ, ਇਹਨਾਂ 'ਚ ਇਹਨਾਂ ਦੇ ਨਾਂ 'ਤੇ FIRਾਂ ਵੀ ਦਰਜ ਹੋਣਗੀਆਂ। ਉਹ FIRਾਂ ਕੋਈ ਇਹ ਨਹੀਂ, ਕਿਉਂਕਿ ਇਹ ਤਾਂ ਪੰਜਾਬ ਸਰਕਾਰ ਇਹਨਾਂ ਨੇ ਕਿ ਇਹ FIRਾਂ ਜਿਹੜੀਆਂ ਦਰਜ ਹੋਣਗੀਆਂ, ਸੈਂਟਰ ਲੈਵਲ ਤੋਂ ਇਹਨਾਂ ਨੂੰ ਹੁਕਮ ਆਉਣ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।